ਹੈਲੋ ਗੁੱਡ ਮਾਰਨਿੰਗ ਜਮਸੀਦੀ ਪਰਮੇਸ਼ਰ ਜੀ ਦੀ ਵੜਿਆਈ ਹੋਏ ਅੱਜ ਦੇ ਨਵੇਂ ਦਿਨ ਦੇ ਲਈ ਅੱਜ ਦੀ ਸਰਜਰੀ ਸਰੀਰ ਦੇ ਲਈ ਪਰ ਮੈਨੂੰ ਪੂਰਾ ਯਕੀਨ ਆ ਕਿ ਤੁਸੀਂ ਬਿਲਕੁਲ ਰਾਜੀ ਖੁਸ਼ ਹੋ ਪਰਮੇਸ਼ਰ ਜੀ ਦੀ ਕਿਰਪਾ ਦੇ ਹੇਠ ਹੋ ਪ੍ਰਭੂ ਦੀ ਸ਼ਰਨ ਦੇ ਵਿੱਚੋਂ ਅਰ ਪ੍ਰਭੂ ਦੇ ਰੂਹ ਆਤਮਾ ਦੀ ਹਜ਼ੂਰੀ ਦਾ ਨਿਗ ਲੈ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਮੈਨੂੰ ਪੂਰਾ ਯਕੀਨ ਆ ਪਰਮੇਸ਼ਰ ਤੁਹਾਡੇ ਹਾਲਾਤ ਬਦਲ ਰਹੇ ਆ ਅਰ ਬਹੁਤ ਸਾਰੇ ਆਤਮਿਕ ਤਰੱਕੀ ਕਰ ਰਹੇ ਆ ਤੇ ਤੁਹਾਡੀਆਂ ਰੈਗੂਲਰ ਟੈਸਟੀਮਨੀਜ਼ ਜਿਹੜੀਆਂ ਤੁਸੀਂ ਕਮੈਂਟਸ ਦੇ ਵਿੱਚ ਕਰਦੇ ਆ ਕਿ ਤੁਹਾਡੀ ਸਪਿਰਚੁਅਲ ਗਰੋਥ ਹੋ ਰਹੀ ਆ ਇਟਸ ਰੀਲੀ ਇਨਕਰੇਜਮੈਂਟ ਆ ਮੇਰੇ ਲਈ ਅਰ ਬਾਕੀਆਂ ਦੇ ਲਈ ਜਿਹੜੇ ਤੁਹਾਨੂੰ ਤੁਹਾਡੇ ਮੈਸੇਜਸ ਨੂੰ ਪੜ੍ਹਦੇ ਆ ਕਿਉਂਕਿ ਫੇ ਇੱਕ ਤਸੱਲੀ ਆਉਂਦੀ ਆ ਵੀ ਸਾਡੀ ਜਿਹੜੀ ਮਿਹਨਤ ਆ ਉਹ ਵਿਅਰਥ ਨਹੀਂ ਜਾਂਦੀ ਅਰ ਮੈਨੂੰ ਪੂਰਾ ਯਕੀਨ ਜਿਨ੍ਹਾਂ ਦੀਆਂ ਟੈਸਟੀਮਨੀਜ਼ ਅਜੇ ਪੈਂਡਿੰਗ ਆ ਬਹੁਤ ਛੇਤੀ ਉਹਨਾਂ ਦੀ ਲਾਈਫ ਦੇ ਵਿੱਚ ਟੈਸਟੀਮਨੀਜ਼ ਬਣ ਜਾਣੀਆਂ ਆ ਬਹੁ ਸ਼ੇਤੀ ਹੁਨਰੀ ਸਪਿਰਚੁਅਲ ਗਰੋਥ ਹੋਣ ਲੱਗ ਜਾਣੀ ਹੈ ਮੇਰੇ ਖਿਆਲ ਚ ਆਲਰੇਡੀ ਸ਼ੁਰੂ ਆ ਬਸ ਹੁ ਨਜ਼ਰ ਆਉਣ ਲੱਗ ਜਾਣੀ ਆ ਜਿੱਦਾਂ ਜਦੋਂ ਬੀਜ ਪਾ ਦੋ ਸੇਮ ਡੇ ਉਹਦਾ ਜਿਹੜਾ ਆ ਉਹਦੇ ਉਹ ਅੰਕੁਰ ਜਦੋਂ ਹੁੰਦਾ ਆ ਜਦੋਂ ਫੁੱਟਦਾ ਆ ਨਜ਼ਰ ਨਹੀਂ ਆਉਂਦਾ ਪਰ ਪਹਿਲਾਂ ਧਰਤੀ ਦੇ ਅੰਦਰ ਹੀ ਇੱਕ ਪ੍ਰੋਸੈਸ ਚੱਲਦਾ ਹੈ ਜਿਹਦੇ ਵਿੱਚ ਉਹ ਉਹਦੀ ਇੱਕ ਪ੍ਰਕਿਰਿਆ ਹੁੰਦੀ ਆ ਤੇ ਫੇ ਥੋੜੇ ਹੀ ਦਿਨਾਂ ਬਾਅਦ ਉਹ ਅੰਕੁਰ ਬਾਹਰ ਨੂੰ ਆ ਜਾਂਦਾ ਆ ਉਹਦਾ ਪੁੰਗਰਨਾ ਬਾਹਰ ਨੂੰ ਆ ਜਾਂਦਾ ਆ ਤੇ ਫੇ ਬਣ ਕੇ ਨਿੱਕੇ ਨਿੱਕੇ ਪੱਤੇ ਆ ਤੇ ਹੌਲੀ ਹੌਲੀ ਉਹ ਕਦੋਂ ਇੱਕ ਟਰੀ ਬਣ ਜਾਂਦਾ ਫਰੂਟਫੁੱਲ ਟਰੀ ਹੋ ਜਾਂਦਾ ਹੈ ਸੋ ਰੀਅਲੀ ਇੱਕ ਮਜ਼ੇਦ ਦੀ ਗੱਲ ਹੈ ਤਾਂ ਬਹੁਤ ਸਾਰੇ ਪੈਨਪਰਾ ਆ ਜਿਨ੍ਹਾਂ ਦੇ ਪੁੰਗਰਣ ਦੀ ਅੰਕ੍ਰਿਤ ਹੋਣ ਦੀ ਜਿਹੜੀ ਪ੍ਰਕਿਰਿਆ ਆ ਉਹ ਆਲਰੇਡੀ ਸਟਾਰਟ ਹੋ ਚੁੱਕੀ ਆ ਜ਼ਮੀਨ ਦੇ ਅੰਦਰ ਜਿੱਥੇ ਬੀਜ ਉਹਨਾਂ ਦੇ ਪਿਆ ਆ ਉਹਨਾਂ ਦੇ ਦਿਲਾਂ ਦੇ ਅੰਦਰ ਉਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਐਂਡ ਆਮ ਬ੍ਰਿਟੀ ਸ਼ੋਰ ਕਿ ਬਹੁਤ ਸ਼ੇਤੀ ਤੁਹਾਡਾ ਜਿਹੜਾ ਬੀਜ ਆ ਉਹਦੇ ਪੱਤੇ ਬਾਹਰ ਆਉਣ ਵਾਲੇ ਆ ਉਹ ਟਾਹਣੀਆਂ ਦਾ ਰੂਪ ਧਾਰਨ ਵਾਲੇ ਆ ਉਹ ਪੇੜ ਦਾ ਰੂਪ ਧਾਰਨ ਵਾਲੇ ਆ ਫਰੂਟਫੁੱਲ ਟਰੀ ਇੱਕ ਫਲਦਾਰ ਦਰਖਤ ਬਣਨ ਵਾਲੇ ਆ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਹallelujah ਪ੍ਰਭੂ ਦੀ ਵਰੀ ਆਈ ਹੋਏ ਸੋ ਥੋੜਾ ਬਾਇਦਾ ਚੇਂਜ ਦਾ ਕਰਕੇ ਖਿੱਚ-ਖਿੱਚ ਹੋਈਆ ਪਰ ਐਨੀਵੇਸ ਪ੍ਰਭੂ ਦੇ ਕੰਮ ਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਜੋ ਪ੍ਰਭੂ ਦੀ ਇੱਛਾ ਉਹ ਜ਼ਰੂਰ ਪੂਰੀ ਹੋਣੀ ਚਾਹੀਦੀ ਆ ਅੱਜ ਫੇਟ ਤੋਂ ਤਾਜ਼ਾ ਮੰਨਾ ਲੈ ਕੇ ਪਰ ਮੇਸ਼ੂ ਜੀ ਦੀ ਹਜ਼ੂਰੀ ਦੇ ਵਿੱਚੋਂ ਪਾਕ ਰੂ ਦੀ ਅਗਵਾਈ ਦੇ ਨਾਲ ਆਪ ਸਭ ਜੀ ਦੇ ਨਾਲ ਹਾਜ਼ਰ ਹਾਂ ਅਰ ਆਓ ਆਪਾਂ ਅੱਜ ਦਾ ਵਚਨ ਜਿਹੜਾ ਹੈ ਉਹ ਪਰਮੇਸ਼ਵਰ ਦੇ ਵੱਲੋਂ ਸੁਣਦੇ ਆ ਜਿਹੜਾ ਆਪਣੇ ਲਈ ਭੇਜਿਆ ਗਿਆ ਹੈ ਅਰ ਅੱਜ ਦਾ ਜਿਹੜਾ ਵਚਨ ਆ ਸੱਚੀ ਇੱਕ ਤਸੱਲੀ ਵਾਲਾ ਵਚਨ ਹੈ ਪਰਮੇਸ਼ਵਰ ਅੱਜ ਤੁਹਾਨੂੰ ਤਸੱਲੀ ਦੇ ਰਹੇ ਆ ਮੈਨੂੰ ਇਦਾਂ ਜਾਪਦਾ ਜਿੱਦਾਂ ਬਹੁਤ ਸਾਰੇ ਲੋਕ ਆਪਣੀਆਂ ਪ੍ਰੇਅਰਜ਼ ਦੀ ਵੇਟ ਅਨਸਰ ਦੀ ਵੇਟ ਕਰ ਰਹੇ ਸੀ ਜਿਹੜੀਆਂ ਉਹ ਪ੍ਰੇਅਰਜ਼ ਰੈਗੂਲਰ ਕਰਦੇ ਆ ਅੱਜ ਪਰਮੇਸ਼ਵਰ ਨੇ ਉਹਨਾਂ ਲਈ ਇਹ वचन ਦੇ ਰਹੀ ਤਸੱਲੀ ਭੇਜੀ ਆ ਕਿ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਈਆਂ ਆ ਤੇ ਹੁਣ ਬਹੁਤ ਛੇਤੀ ਤੁਸੀਂ ਆਪਣੇ ਪ੍ਰਾਰਥਨਾ ਦੇ ਉੱਤਰ ਦੇ ਨਾਲ ਖੜੇ ਹੋਵੋਗੇ ਆਪਣੀਆਂ ਚੈਸਟਿਮਨੀਆਂ ਦੇ ਨਾਲ ਖੜੇ ਹੋਵੋਗੇ ਹਾਲੇਲੂਇਆ ਆਓ ਆਪਾਂ ਦੇਖਦੇ ਆ ਯਰਮੀਯਾਹ ਦੀ ਕਿਤਾਬ ਉਹਦਾ 31st ਚੈਪਟਰ ਉਹਦਾ 31 ਨੰਬਰ ਤੇ ਆਏ ਉਹਦੀ 10 ਨੰਬਰ ਆਇਤ ਦੇ ਵਿੱਚ ਆਪਾਂ ਦੇਖਦੇ ਤੇ 11 ਚ ਵੀ ਦੇਖਾਂਗੇ ਇੱਥੇ ਲਿਖਿਆ ਹੈ ਹੇ ਕੌਮੋ ਯਹੋਵਾ ਦਾ ਬਚਨ ਸੁਣੋ ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ ਅਤੇ ਆਖੋ ਜਿਸ ਇਜ਼ਰਾਈਲ ਨੂੰ ਖੇਰੂ-ਖੇਰੂ ਕੀਤਾ ਉਹਨੂੰ ਇਕੱਠਾ ਕਰੇਗਾ ਅਤੇ ਆ ਜਿਹੜੀ ਵਾਂਗ ਆਪਣੇ ਇੱਜੜ ਦੀ ਰਾਖੀ ਕਰੇਗਾ ਕਿਉਂਕਿ ਜੋ ਯਹੋਵਾ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ ਅਤੇ ਉਹਨੂੰ ਉਸਦੇ ਹੱਥੋਂ ਜਿਹੜਾ ਉਹਦੇ ਨਾਲੋਂ ਤਕੜਾ ਸੀ छुड़ाया ਹੈ ਹਾਲੇਲੂਇਆ ਸੋ हे ਕੌਮੋ हे ਉਮਮਤੋ ਨੇਸ਼ਨਜ਼ ਜੈਂਟਾਈਲਸ ਆਓ ਪਰਮੇਸ਼ਵਰ ਦੇ ਬਚਨ ਨੂੰ ਸੁਣੋ ਅੱਜ ਜਸੀਂ ਮੁਨਾਦੀ ਕਰਦੇ ਆ ਪਰਮੇਸ਼ਵਰ ਦੇ ਬਚਨ ਦੀ ਕਿ ਸੁਣੋ हे ਘਰਾਣਿਓ हे ਕੌਮੋ हे ਇਸ ਸੰਸਾਰ ਦੇ ਲੋਕੋ ਸਾਡੇ ਪਰਮੇਸ਼ਵਰ ਦੇ ਬਚਨ ਨੂੰ ਸੁਣੋ ਜਿਹੜਾ ਸਾਡੇ ਪੱਖ ਦੇ ਵਿੱਚ ਬੋਲਿਆ ਆ ਜਿਹੜਾ ਸਾਡੇ ਫੇਵਰ ਦੇ ਵਿੱਚ ਆ ਸਾਡੇ ਪਰਮੇਸ਼ਵਰ ਨੇ ਕਿਹਾ ਦੂਰ ਦੇ ਟਾਪੂਆਂ ਨੂੰ ਦੱਸੋ ਦੂਰ ਦੇ ਲੋਕਾਂ ਨੂੰ ਦੱਸੋ ਉਹਨਾਂ ਨੂੰ ਇਹ ਖੁਸ਼ੀ ਦੀ ਗੱਲ ਦੱਸੋ ਕਿ ਜਿਹੜੇ ਇਜ਼ਰਾਈਲ ਨੂੰ ਖੇਰੂ-ਖੇਰੂ ਕੀਤਾ ਗਿਆ ਸੀ ਜਿਹੜੇ ਪਰਮੇਸ਼ਵਰ ਦੇ ਲੋਕਾਂ ਨੂੰ ਪਰਮੇਸ਼ਵਰ ਦੀ ਪਰਜਾ ਨੂੰ ਖਿਲਾਰ ਦਿੱਤਾ ਗਿਆ ਸੀ ਚਾਹੇ ਦੁੱਖਾਂ ਨੇ ਖਿਲਾਰਿਆ ਚਾਹੇ ਵੈਰੀ ਨੇ ਖਿਲਾਰਿਆ ਚਾਹੇ ਕਿਸੇ ਵੀ ਸਿਚੁਏਸ਼ਨਸ ਨੇ ਖਿਲਾਰਿਆ ਆ ਉਹਨਾਂ ਦਾ ਪਰਮੇਸ਼ਵਰ ਸਡਾ ਯਹਵਾ ਪਰਮੇਸ਼ਵਰ ਹੁਣ ਸਾਨੂੰ ਇਕੱਠਾ ਕਰੂਗਾ ਯਹਵਾ ਪਰਮੇਸ਼ਵਰ ਨੇ ਕਿਹਾ ਜਾਓ ਦੱਸ ਦਿਓ ਲੋਕਾਂ ਨੂੰ ਕਿ ਜਿਹੜੇ ਦੁਖੀ ਸੀ ਲਾਚਾਰ ਸੀ ਬਿਮਾਰ ਸੀ ਰੋਂਦੇ ਸੀਗੇ ਖਿਲਰ ਗਏ ਸੀਗੇ ਟੁੱਟ ਗਏ ਸੀਗੇ ਹੁਣ ਉਹਨਾਂ ਦਾ ਪਰਮੇਸ਼ਵਰ ਕਹਿੰਦਾ ਆ ਮੈਂ ਤੁਹਾਨੂੰ ਇਕੱਠਿਆਂ ਕਰੂੰਗਾ ਮੈਂ ਤੁਹਾਨੂੰ ਸੰਭਾਲੂੰਗਾ ਮੈਂ ਤੁਹਾਡੇ ਦੁੱਖਾਂ ਨੂੰ ਦੂਰ ਕਰੂੰਗਾ ਸਾਡੇ ਪਰਮੇਸ਼ਵਰ ਦਾ ਵਚਨ ਹੈ ਅੱਜ ਸਾਡੇ ਲਈ ਕਿ ਸਾਡਾ ਪਰਮੇਸ਼ਵਰ ਸਾਨੂੰ ਇਕੱਠਾ ਕਰਨ ਜਾ ਰਿਹਾ ਹੈ ਸਾਡੇ ਦੁੱਖਾਂ ਦੇ ਵਿੱਚੋਂ ਸਾਨੂੰ ਬਾਹਰ ਕੱਢਣ ਜਾ ਰਿਹਾ ਹੈ ਸਾਡੇ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਪ੍ਰਭੂ ਜੀ ਸਾਨੂੰ ਬਾਹਰ ਕੱਢਣ ਜਾ ਰਹੇ ਹਨ ਹੁਣ ਸਾਡੇ ਦੁੱਖ ਦੇ ਦਿਨ ਖਤਮ ਹੋਣ ਜਾ ਰਹੇ ਹਨ ਅਰ ਤਸੱਲੀ ਦੇ ਖੁਸ਼ੀ ਦੇ ਗਵਾਹੀਆਂ ਦੇ ਦਿਨਾਂ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅਦਿ ਕਿਹਾ ਅਤਿਆ ਜੜੀ ਵਾਂਗ ਆਪਣੀ ਜੜ ਦੀ ਰਾਖੀ ਕਰੇਗਾ ਹੁਣ ਪਰਮੇਸ਼ਵਰ ਸਾਨੂੰ ਬੇਮੁਹਾਰਾ ਨਾ ਛੱਡੇਗਾ ਹੁਣ ਅਸੀਂ ਆਗੂ ਤੋਂ ਬਿਨਾ ਨਾ ਹੋਵਾਂਗੇ ਹੁਣ ਅਸੀਂ ਗਵਾਹੀ ਤੋਂ ਬਿਨਾ ਨਾ ਹੋਵਾਂਗੇ ਹੁਣ ਅਸੀਂ ਪਾਲਣਹਾਰੇ ਤੋਂ ਬਿਨਾ ਨਾ ਹੋਵਾਂਗੇ ਹੁਣ ਸਾਡਾ ਆ ਜੜੀ ਸਾਡਾ ਪਰਮੇਸ਼ਵਰ ਹੋਏਗਾ ਉਹ ਆਪਣੀਆਂ ਪੇਡਾਂ ਨੂੰ ਜਿੱਦਾਂ ਇੱਕ ਆ ਜੜੀ ਸੰਭਾਲਦਾ ਆ ਕਹਿੰਦਾ ਇੱਜੜ ਦੇ ਵਾਂਗ ਆ ਜੜੀ ਦੇ ਵਾਂਗ ਮੈਂ ਆਪਣੇ ਇੱਜੜ ਦੀ ਰਾਖੀ ਕਰਾਂਗਾ ਅਸੀਂ ਪਰਮੇਸ਼ਵਰ ਦੀਆਂ ਪੇਡਾਂ ਆ ਅਸੀਂ ਪਰਮੇਸ਼ਵਰ ਦਾ ਇੱਜੜ ਆ ਹੋਂ ਪਰਮੇਸ਼ਵਰ ਇੱਕ ਆਜੜੀ ਦੇ ਬਾਂਗ ਜਿੱਦਾਂ ਇੱਕ ਵੀ ਭੇਡ ਗੁੰਮ ਜਾਏ ਤਾਂ ਆਜੜੀ 99 ਨੂੰ ਛੱਡ ਕੇ ਉਹ ਇੱਕ ਨੂੰ ਲੱਭਣ ਚੱਲਿਆ ਜਾਂਦਾ ਕਿਉਂਕਿ ਉਹਦੇ ਲਈ ਇੱਕ ਵੀ ਬਹੁਤ ਮਾਇਨੇ ਰੱਖਦੀ ਆ ਇਸੇ ਤਰ੍ਹਾਂ ਅਗਰ ਪਰਮੇਸ਼ਵਰ ਦੇ ਚੁਣਿਆ ਹੋਇਆਂ ਚੋ ਸੱਦਿਆ ਹੋਇਆਂ ਚੋ ਬੁਲਾਇਆ ਹੋਇਆਂ ਚੋ ਧਰਤੀ ਨਾਲੋਂ ਵੱਖਰੇ ਕੀਤੇ ਹੋਇਆਂ ਚੋ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਆਪਣਾ ਸੇਵੀਅਰ ਲੈ ਲਿਆ ਜਾਂ ਮੁਕਤੀਦਾਤਾ ਮੰਨ ਲਿਆ ਆ ਇੱਕ ਵੀ ਅਗਰ ਦੁਖੀ ਤੇ ਲਾਚਾਰ ਆ ਇੱਕ ਵੀ ਅਗਰ ਪਟਕਰਿਆ ਆ ਤਾਂ ਅੱਜ ਪਰਮੇਸ਼ਵਰ ਦੀ ਆਵਾਜ਼ ਆ ਮੈਂ ਇਕੱਠਾ ਕਰਾਂਗਾ ਔਰ ਮੈਂ ਆਜੜੀ ਵਾਂਗ ਆਪਣੇ ਇੱਜੜ ਦੀ ਰਾਖੀ ਕਰਾਂਗਾ ਹੁਣ ਤੁਸੀਂ ਗਵਾਚੇ ਹੋਏ ਨਹੀਂ ਰਹੋਗੇ ਹੁਣ ਤੁਹਾਡੇ ਉਹ ਦਿਨ ਮੁੱਕ ਗਏ ਜਦ ਤੁਸੀਂ ਕਹੋ हे ਪ੍ਰਭੂ ਕੀ ਅਸੀਂ ਤੈਨੂੰ ਨਜ਼ਰ ਨਹੀਂ ਆਉਂਦੇ हे ਪ੍ਰਭੂ ਕੀ ਤੈ ਸਾਨੂੰ ਛੱਡ ਦਿੱਤਾ हे ਪ੍ਰਭੂ ਤੂੰ ਸਾਡੀ ਕਿਉਂ ਨਹੀਂ ਸੁਣਦਾ ਹੁਣ ਤੁਹਾਡੇ ਇਹ ਦਿਨ ਖਤਮ ਹੋ ਗਏ ਉਨ ਉਹਦੇ ਕੰਨਾਂ ਤੱਕਰ ਤੁਹਾਡੀਆਂ ਆਵਾਜ਼ਾਂ ਪਹੁੰਚੀਆਂ ਹਨ ਉਹਦੇ ਦਿਲ ਤੱਕ ਤੁਹਾਡੀਆਂ ਅਰਦਾਸਾਂ ਪਹੁੰਚ ਗਈਆਂ ਹਨ ਅਰ ਸੱਚਮੁੱਚ ਪਰਮੇਸ਼ਵਰ ਨੇ ਆਪਣਾ ਹੱਥ ਵਧਾਇਆ ਹੈ ਕਿ ਉਹ ਤੁਹਾਨੂੰ ਇਕੱਠਾ ਕਰੇ ਅਰ ਉਹ ਤੁਹਾਡੀ ਹਿਫਾਜ਼ਤ ਕਰੇ ਸੋ ਸੱਚੀ ਅਜ ਦਾ ਦਿਨ ਬਹੁਤ ਬlesed ਆ ਅਜ ਦਾ ਦਿਨ ਵੰਡਰਫੁਲ ਆ ਅਰ ਅਜ ਦਾ ਦਿਨ ਤੁਹਾਡੀਆਂ ਬਿਪਤਾ ਦੇ ਐਂਡ ਦਾ ਦੇਣਿਆ ਅੱਜ ਉਹਨਾਂ ਦੇ ਖਤਮ ਹੋਣ ਦਾ ਆਖਰੀ ਦੇਣਿਆ ਲਾਸਟ ਡੇ ਆ ਅਰ 11 ਨੰਬਰ ਦੇ ਵਿੱਚ ਲਿਖਿਆ ਕਿਉਂਕਿ ਜੋ ਯਹੋਵਾ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ ਅਤੇ ਉਹਨੂੰ ਉਸਦੇ ਹੱਥੋਂ ਜਿਹੜਾ ਉਹਦੇ ਨਾਲੋਂ ਤਕੜਾ ਸੀ ਛੁਡਾਇਆ ਹੈ ਪਰਮੇਸ਼ਰ ਨੇ ਆਪਣੇ ਪਿਆਰਿਆਂ ਦਾ ਨਿਸਤਾਰਾ ਕੀਤਾ ਪਰਮੇਸ਼ਰ ਨੇ ਆਪਣੇ ਪਿਆਰਿਆਂ ਦੇ ਪੱਖ ਵਿੱਚ ਪਰਮੇਸ਼ਰ ਰਾਨ ਕੇ ਖੜੇ ਹੋ ਗਿਆ ਅਰ ਪਰਮੇਸ਼ਰ ਨੇ ਸਾਨੂੰ ਜਿਹੜੇ ਅਸੀਂ ਪਰਮੇਸ਼ਰ ਦੇ ਲੋਕ ਆ ਸਾਨੂੰ ਉਹਦੇ ਹੱਥਾਂ ਚੋਂ ਛੁਡਾਇਆ ਜਿਹੜਾ ਸਾਡੇ ਨਾਲੋਂ ਤਕੜਾ ਸੀ ਜਿੱਥੇ ਸਾਨੂੰ ਗਮ ਵੱਡੇ ਲੱਗਦੇ ਸੀ ਸਮੱਸਿਆਵਾਂ ਵੱਡੀਆਂ ਲੱਗਦੀਆਂ ਸੀ ਸ਼ੈਤਾਨ ਦੀਆਂ ਸ਼ਕਤੀਆਂ ਵੱਡੀਆਂ ਲੱਗਦੀਆਂ ਸੀ ਪਰ ਪਰਮੇਸ਼ਵਰ ਨੇ ਸਾਨੂੰ ਉਹਦੇ ਹੱਥੋਂ ਛੁਡਾਇਆ ਕਿਉਂਕਿ ਹੁਣ ਅਸੀਂ ਉਹਦੇ ਹੱਥਾਂ ਦੇ ਵਿੱਚ ਆ ਜਿਹੜਾ ਹਰ ਪਾਵਰ ਦੇ ਨਾਲੋਂ ਵੱਡਾ ਆ ਜਿਹੜਾ ਸੋਰਸ ਆਫ ਪਾਵਰ ਆ ਜਿਹੜਾ ਸੋਰਸ ਆਫ ਲਾਈਟ ਆ ਜਿਹੜਾ ਸੋਰਸ ਆਫ ਸਟਰੈਂਥ ਆ ਜਿਹੜਾ ਜਿੱਥੋਂ ਬਲ ਨਿਕਲਦਾ ਆ ਜਿੱਥੋਂ ਸ਼ਕਤੀ ਨਿਕਲਦੀ ਜਿੱਥੋਂ ਚਾਨਣ ਨਿਕਲਦਾ ਆ ਜਿਹੜਾ ਸਿਰਜਣਹਾਰ ਪਰਮੇਸ਼ਵਰ ਆ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਜਿਹੜਾ ਸਰਬ ਕਲਾ ਸਮਰੱਥ ਪਰਮੇਸ਼ਵਰ ਆ ਜਿਹੜਾ ਸਰਬ ਵਿਆਪਕ ਪਰਮੇਸ਼ਵਰ ਆ ਹੁਣ ਅਸੀਂ ਉਹਦੇ ਹੱਥਾਂ ਦੇ ਵਿੱਚ ਆ ਪ੍ਰਭੂ ਨੇ ਸਾਨੂੰ ਵੈਰੀ ਦੇ ਹੱਥਾਂ ਚੋਂ छुड़ा ਲਿਆ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਹਨੇਰੇ ਚੋਂ ਬਾਹਰ ਕੱਢਿਆ ਪਰਮੇਸ਼ਵਰ ਨੇ ਹੁਣ ਸਾਨੂੰ ਨਿਰਬਲ ਨਹੀਂ ਰਹਿਣ ਦਿੱਤਾ ਪਰ ਸਾਨੂੰ ਪਰਮੇਸ਼ਵਰ ਨੇ ਆਪਣਾ ਬਲ ਦਿੱਤਾ ਹੁਣ ਉਹ ਬਿਮਾਰੀਆਂ ਜਿਹੜੀਆਂ ਡਾਕਟਰਸ ਕਹਿੰਦੇ ਸੀ ਕਦੀ ਠੀਕ ਨਹੀਂ ਹੋਣਗੀਆਂ ਪਰਮੇਸ਼ਵਰ ਨੇ ਸਾਨੂੰ ਉਹਨਾਂ ਬਿਮਾਰੀਆਂ ਦੇ ਵਿੱਚੋਂ ਵੀ ਬਾਹਰ ਕੱਢ ਲਿਆ ਹੁਣ ਉਹ ਉਹ ਪਾਪ ਜਿਹੜੇ ਸਾਨੂੰ ਨਜ਼ਰ ਆਉਂਦੇ ਸੀ ਕਦੀ ਬਖਸ਼ੇ ਨਹੀਂ ਜਾਣਗੇ ਪਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਦੋਂ ਅਸੀਂ ਆਪਣਾ ਦਿਲ ਖੋਲ੍ਹਿਆ ਤਾਂ ਪਰਮੇਸ਼ਵਰ ਨੇ ਸਾਨੂੰ ਉਹਨਾਂ ਪਾਪਾਂ ਤੋਂ ਵੀ ਬਾਹਰ ਕੱਢਿਆ ਉਹਨਾਂ ਤੋਂ ਵੀ ਨਿਸ਼ਟਾਰਾ ਦੇ ਦਿੱਤਾ ਸਾਡੇ ਉਹ ਅਪਰਾਧ ਵੀ ਮਿਟਾ ਦਿੱਤੇ ਗਏ ਪਰਮੇਸ਼ਰ ਦਾ ਫਜ਼ਲ ਸਾਡੇ ਉੱਤੇ ਹੋਇਆ ਪਰਮੇਸ਼ਰ ਦੀ ਰਹਿਮਤ ਸਾਡੇ ਉੱਤੇ ਹੋਈ ਔਰ ਦੁੱਖ ਅੱਜ ਸਾਡੇ ਘਰਾਂ ਚੋਂ ਅੱਜ ਸਾਡੇ ਜੀਵਨ ਚੋਂ ਬਾਹਰ ਨਿਕਲ ਰਹੇ ਆ ਕਿਉਂਕਿ ਅੱਜ ਸੈਨਾਵਾਦਾ ਯਹਵਾ ਪਰਮੇਸ਼ਰ ਸਾਡਾ ਆਜੜੀ ਬਣ ਕੇ ਸਾਡੇ ਜੀਵਨ ਦੇ ਵਿੱਚ ਆਇਆ ਸਾਨੂੰ ਇਕੱਠਾ ਕਰਨ ਜਾ ਰਿਹਾ ਸਾਨੂੰ ਤਸੱਲੀ ਦੇ ਰਿਹਾ ਆ ਔਰ ਸੱਚਮੁੱਚ ਜਿੰਨੂੰ ਪਰਮੇਸ਼ਰ ਤਸੱਲੀ ਦੇਵੇ ਉਹਦੇ ਅੱਗੇ ਦੁੱਖ ਕਿੱਦਾਂ ਟਿਕ ਸਕਦੇ ਆ ਦੁੱਖਾਂ ਦੀ ਕੀ ਔਕਾਤ ਕਿਸੇ ਪਾਪ ਦੀ ਕੀ ਔਕਾਤ ਕਿਸੇ ਵੈਰੀ ਦੀ ਸ਼ਕਤੀ ਦੀ ਕੀ ਔਕਾਤ ਕਿ ਹੁਣ ਉਹ ਸਾਡੇ ਜੀਵਨ ਦੇ ਵਿੱਚ ਰਹਿ ਸਕੇ ਪਰ ਹੁਣ ਅੱਜ टुडे इज अ ਡੇ ਆਫ आवर ਸਲਵੇਸ਼ਨ ਅੱਜ ਸਾਡੀ ਮੁਕਤੀ ਦਾ ਦਿਨ ਆ ਅੱਜ ਸਾਡੀ ਖੁਸ਼ੀ ਦਾ ਦਿਨ ਆ ਅੱਜ ਸਾਡੇ ਲਈ ਸੈਲੀਬ੍ਰੇਸ਼ਨ ਆ ਅੱਜ ਸੈਲੀਬ੍ਰੇਟ ਕਰਨ ਦਾ ਦਿਨ ਆ ਸੋ ਪ੍ਰਭੂ ਦੀ ਵਡਿਆਈ ਹੋਵੇ ਆਪਾਂ 16 ਨੰਬਰ ਦੇ ਵਿੱਚ ਦੇਖਦੇ ਹਾਂ ਤੇ 17 ਵਿੱਚ ਵੀ ਦੇਖਾਂਗੇ ਲਿਖਿਆ ਯਹਵਾ ਐਓ ਫਰਮਾਉਂਦਾ ਹੈ ਆਪਣੀ ਆਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਕਿਉਂਕਿ ਤੇਰੇ ਕੰਮਾਂ ਦਾ ਤੈਨੂੰ ਵਟਾ ਮਿਲੇਗਾ ਯਹਵਾ ਦਾ ਵਾਅਦਾ ਹੈ ਉਵੈਰੀਆਂ ਦੇ ਦੇਸ਼ ਵਿੱਚੋਂ ਫੇਰ ਮੁੜਨਗੇ ਤੇਰੇ ਭਵਿੱਖਤ ਸਮੇ ਲਈ ਆਸਾ ਹੈ ਯਹੋਵਾ ਦਾ ਵਾਕ ਹੈ ਤੇਰੇ ਬੱਚੇ ਆਪਣੀ ਹੱਦ ਵਿੱਚ ਫੇਰ ਮੁੜਨਗੇ ਵਾਓ ਹਾਲੇਲੂਆ ਪ੍ਰਭੂ ਤੁਸੀਂ ਮਹਾਨ ਆ ਯਾਹਵਾ ਪਰਮੇਸ਼ਰ ਐਓ ਫਰਮਾਉਂਦਾ ਕਹਿੰਦਾ ਆਪਣੀ ਆਵਾਜ਼ ਨੂੰ ਰੋਣ ਤੋਂ ਮਨਾ ਕਰ ਹੁਣ ਹਾਏ ਹਾਏ ਕਰਨਾ ਬੰਦ ਕਰ ਦਿਓ ਹੁਣ ਰੋਣਾ ਤੇ ਕਰਲਾਉਣਾ ਬੰਦ ਕਰ ਦਿਓ ਹੁਣ ਇਹ ਕਹਿਣਾ ਬੰਦ ਕਰ ਦਿਓ ਮੇਰੀ ਤਾਂ ਕੋਈ ਸੁਣਨ ਵਾਲਾ ਨਹੀਂ ਆ ਮੇਰੀ ਤਾਂ ਕੋਈ ਮਦਦ ਕਰਨ ਵਾਲਾ ਨਹੀਂ ਆ ਮੇਰੇ ਲਈ ਕਿੱਥੋਂ ਹੋਊਗਾ ਮੇਰੇ ਲਈ ਕੌਣ ਕਰੂਗਾ ਮੇਰੇ ਬੱਚੇ ਮੇਰੀ ਆਗਿਆਕਾਰੀ ਨਹੀਂ ਕਰਦੇ ਮੇਰੇ ਬੱਚੇ ਮੇਰੇ ਹੱਥਾਂ ਚੋਂ ਨਿਕਲ ਗਏ ਕਹਿੰਦਾ ਹੁਣ ਬੰਦ ਕਰ ਹੁਣ ਆਪਣੀ ਆਵਾਜ਼ ਨੂੰ ਰੋਣ ਤੋਂ ਮਨਾ ਕਰ ਦੇ ਆਪਣੀਆਂ ਅੱਖਾਂ ਦੇ ਹੰਝੂਆਂ ਨੂੰ ਪੂੰਝ ਸਿੱਟ ਕਹਿੰਦਾ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵਟਾ ਮਿਲੇਗਾ ਅਗਰ ਤੁਸੀਂ ਧਾਰਮਿਕਤਾ ਦੇ ਵਿੱਚ ਚੱਲਦੇ ਹੋ ਅਗਰ ਤੁਸੀਂ ਪਰਮੇਸ਼ਵਰ ਦੇ ਪ੍ਰੇਮ ਵਿੱਚ ਬਣੇ ਹੋ ਅਗਰ ਤੁਸੀਂ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਵਿੱਚ ਹੋ ਅਗਰ ਤੁਸੀਂ ਕੰਟੀਨਿਊਸਲੀ ਪ੍ਰੇਅਰ ਕਰਦੇ ਰਹਿੰਦੇ ਹੋ ਅਗਰ ਤੁਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਹੋ ਤਾਂ ਅੱਜ ਆਪਣੇ ਹੰਝੂਆਂ ਨੂੰ ਪੂੰਝ ਲਓ ਅੱਜ ਸਮਾਂ ਆ ਕਿ ਆਪਣੀ ਆਪਣੇ ਮਨ ਨੂੰ ਕਹੋ ਹੇ ਮਨ ਰੋਣਾ ਤੇ ਕਰਲਾਉਣਾ ਬੰਦ ਕਰ हे मन पेट से अपे करना बंद कर हे मन खुशी दे गीत गा क्यों जो मेरा परमेश्वर मेरे जीवन दे विच बोढ़या और मेरे परमेश्वर दी आवाज मेनू आई है और मेरा परमेश्वर मेरा आसदा परमेश्वर या ओ मेरे कम्मा दा मेनू वट्टा देवेगा ओ मेरी धार्मिकता दा बदला मेनू देवेगा ओ भलेइयां ते ओ चंगियायां जेड़ियां मैं इस संसार दे लोकां दे नाल कीतीयां ओ भलेइयां ते चंगियायां जेड़ियां मेरे परमेश्वर दी अख विच ओनु चंगियायां लगियां ਅੱਜ ਉਹਦਾ ਫਰੂਟ ਮੈਨੂੰ ਮਿਲੂਗਾ ਅੱਜ ਉਹਦਾ ਰਿਜ਼ਲਟ ਮੇਰੀ ਲਾਈਫ ਦੇ ਵਿੱਚ ਆਊਗਾ ਬਹੁਤ ਸਾਰੇ ਲੋਕ ਆ ਉਹ ਆਲਵੇਜ਼ ਇਦਾਂ ਕਹਿੰਦੇ ਆ ਅਸੀਂ ਤਾਂ ਭਲਾਈ ਕਰਦੇ ਪਰ ਉਹਦੇ ਵੱਟੇ 'ਚ ਸਾਡੇ ਨਾਲ ਬੁਰਾਈ ਹੋ ਜਾਂਦੀ ਆ ਉਹਨਾਂ ਨੂੰ ਲੱਗਦਾ ਸੀ ਜਦੋਂ ਕਿਸੇ ਦਾ ਚੰਗਾ ਕਰਦੇ ਆ ਸਾਨੂੰ ਉਹਦਾ ਰਿਵਾਰਡ ਚੰਗਾ ਨਹੀਂ ਮਿਲਦਾ ਸਾਨੂੰ ਉਹਦੇ ਵਿੱਚੋਂ ਬੁਰਾਈ ਹਾਸਲ ਹੁੰਦੀ ਪਰ ਅੱਜ ਪਰਮੇਸ਼ਵਰ ਦਾ ਬਚਨ ਤੁਹਾਡੇ ਕੰਮਾਂ ਦਾ ਵਟਾ ਤੁਹਾਨੂੰ ਮਿਲੇਗਾ ਅਰ ਤੁਹਾਡੇ ਬੱਚੇ ਮੁੜਨਗੇ ਉਹ ਉਹ ਫੇਰ ਜਿਹੜੇ ਵੈਰੀ ਦੇ ਹੱਥਾਂ ਵਿੱਚ ਚਲੇ ਗਏ ਆ ਉਹ ਉਹ ਤੁਹਾਡੇ ਆਪਣੇ ਜਿਹੜੇ ਵੈਰੀ ਨੇ ਤੁਹਾ ਤੋਂ ਦੂਰ ਕਰਦੇ ਆ ਜਿਨ੍ਹਾਂ ਦੀਆਂ ਸੋਚਾਂ ਤੁਹਾਡੇ ਨਾਲ ਨਹੀਂ ਰਲ ਰਹੀਆਂ ਜਿਹੜੇ ਤੁਹਾਡੇ ਹਾਂ ਚ ਹਾਂ ਨਹੀਂ ਪਰਦੇ ਪਰ ਉਹ ਤੁਹਾਡੇ ਤੁਹਾਡੇ ਵਿਰੋਧ ਖੜੇ ਹੁੰਦੇ ਆ ਪਰ ਉਹ ਤੁਹਾਡੇ ਆਪਣੇ ਆ ਉਹ ਮੁੜਨਗੇ ਉਹ ਤੁਹਾਡੇ ਲਈ ਮੁੜਨਗੇ ਤੁਹਾਡੇ ਪਰਮੇਸ਼ਵਰ ਦਾ ਕਰਕੇ ਮੁੜਨਗੇ ਅਰ ਤੁਸੀਂ ਨੇਹਾਲ ਹੋਵੋਗੇ ਆਪਣੇ ਪਰਮੇਸ਼ਵਰ ਦੇ ਵਿੱਚ ਤੁਹਾਡੇ ਭੁਇਖਤ ਸਮੇ ਲਈ ਇੱਕ ਆਸਾ ਹੈ ਕਿਉਂਕਿ ਸਾਡਾ ਪਰਮੇਸ਼ਵਰ ਆਸ ਦਾ ਪਰਮੇਸ਼ਵਰ ਹੈ ਸਾਡੇ ਲਈ ਇੱਕ ਵੰਡਰਫੁਲ ਹੋਪ ਆ ਕਿਉਂਕਿ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ ਸਾਡੇ ਲਈ ਆਸ ਆ ਕਿ ਸਾਡਾ ਆਉਣ ਵਾਲਾ ਸਮਾਂ ਬਹੁਤ ਬੈਸਟ ਹੈ ਬੈਟਰ ਨਹੀਂ ਬੈਸਟ ਹੈ ਅਰ ਸਾਡੇ ਲਈ ਆਸ ਹੈ ਕਿ ਸਾਡਾ ਪਰਮੇਸ਼ਵਰ ਸਾਡਾ ਭਲਾਈ ਦਾ ਪਰਮੇਸ਼ਵਰ ਹੈ ਅਸੀਂ ਇੱਕ ਦਿਨ ਆਪਣੇ ਪਰਮੇਸ਼ਰ ਦੇ ਚਿਹਰੇ ਨੂੰ ਦੇਖਾਂਗੇ ਅਸੀਂ ਇੱਕ ਦਿਨ ਆਪਣੇ ਪਰਮੇਸ਼ਰ ਦੀਆਂ ਭਲਾਈਆਂ ਨੂੰ ਦੇਖਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਨਿਹਾਲ ਹੋਵਾਂਗੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਕਾਰਿਆਂ ਦੇ ਨਾਲ ਖੜੇ ਹੋਵਾਂਗੇ ਸੋ ਅੱਜ ਤੋਂ ਬੁਸ-ਬੁਸ ਕਰਨਾ ਬੰਦ ਕਰ ਦਿਓ ਰੋਣਾ ਤੇ ਕਰਲਾਉਣਾ ਬੰਦ ਕਰ ਦਿਓ ਅੱਜ ਤੋਂ ਸ਼ੁਕਰਾਨੇ ਦੀਆਂ ਭੇਟਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਚੜਾਓ ਕਿਉਂਕਿ ਉਹ ਇੱਜ਼ਤ ਤੇ ਮਹਿਮਾ ਦੇ ਯੋਗ ਹੈ ਪਰਮੇਸ਼ਰ ਹੈ ਔਰ ਸਿਰਫ ਤੇ ਸਿਰਫ ਉਹੀ ਤਾਂ ਯੋਗ ਹੈ ਪਰਮੇਸ਼ਰ ਹੈ ਬਾਕੀ ਤਾਂ ਸਭ ਵਿਅਰਥਾਂ ਦਾ ਵਿਅਰਥ ਹੈ ਬਸ ਇੱਕ ਪਰਮੇਸ਼ਵਰ ਜਿਹੜਾ ਆਸ ਦਾ ਪਰਮੇਸ਼ਰ ਜਿਹੜਾ ਕਦੀ ਵੀ ਆਪਣੇ ਚਾਉਣ ਵਾਲਿਆਂ ਨੂੰ ਇਕੱਲਿਆਂ ਨਹੀਂ ਛੱਡਦਾ ਜਿਹੜਾ ਕਦੀ ਵੀ ਆਪਣੇ ਚਾਉਣ ਵਾਲਿਆਂ ਦੀਆਂ ਪ੍ਰਾਰਥਨਾਵਾਂ ਨੂੰ ਵਿਰਥਾ ਨਹੀਂ ਜਾਣ ਦਿੰਦਾ ਪਰ ਸੱਚਮੁੱਚ ਮਾਈ ਡੀਅਰ ਫਰੈਂਡਸ ਤੁਸੀਂ ਪਰਮੇਸ਼ਵਰ ਦੇ ਨਾਲ ਬਣੇ ਰਹੋ ਤੁਸੀਂ ਆਪਣਾ ਵਿਸ਼ਵਾਸ ਮਜ਼ਬੂਤ ਰੱਖੋ ਡੋਲ ਨਾ ਜਾਇਓ ਬੈਕਸਲਾਈਡ ਨਾ ਹੋ ਜਾਇਓ ਪਰ ਆਪਣੀ ਭਲਾਈ ਦੀ ਉਮੀਦ ਦੇ ਵਿੱਚ ਆਪਣੇ ਪਰਮੇਸ਼ਵਰ ਦੇ ਨਾਲ ਖੜੇ ਰਹੋ ਆਪਣੇ ਵਿਸ਼ਵਾਸ ਦੇ ਵਿੱਚ ਖੜੇ ਰਹੋ ਵਚਨ ਪੜਨ ਅਤੇ ਮੰਨਣ ਵਿੱਚ ਲੱਗੇ ਰਹੋ ਦੁਨੀਆ ਦੀ ਬੁਰਾਈ ਦੇਖ ਕੇ ਭਲਾਈ